ਕੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੇ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸਣਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬੁਲਟਾਂ ਦੇ ਪਟਾਕੇ ਪਵਾਉਣ ਵਾਲਿਆਂ ਲਈ ਪੰਜਾਬ ਪੁਲਿਸ ਸਖਤ ਹੋ ਰਹੀ ਹੈ ਸਖਤ ਕਾਰਵਾਈ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ ਪੰਜਾਬ ਪੁਲਿਸ ਨੇ ਜਲੰਧਰ ਦੇ ਵਿੱਚ ਸਲੈਂਸਰ ਬਦਲ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ ਜਿੱਥੇ ਜਲੰਧਰ ਦੇ ਵਿੱਚ ਸਲੰਸਰ ਬਦਲ ਕੇ ਬੁਲਟਾਂ ਦੇ ਪਟਾਕੇ ਪਾਉਣ ਵਾਲੇ ਪ੍ਰੈਸ਼ਰ ਹਾਰਨ ਵਜਾਂ ਵਾਲੇ ਨੌਜਵਾਨਾਂ ਦੇ ਖਿਲਾਫ ਸਖਤ ਐਕਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਜੀ ਬੁਲਟ ਮੋਡੀਫਾਈ ਕਰਕੇ ਦੇਣ ਵਾਲੇ ਮਕੈਨਿਕਾਂ ਤੇ ਵਰਕਸ਼ਾਪ ਵਾਲਿਆਂ ਨੂੰ ਸਖਤ ਹਦਾਇਤਾਂ ਕਰ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਬੁਲਟਾਂ ਦੇ ਪਟਾਕੇ ਪਾਉਣ ਵਾਲਿਆਂ ਤੇ ਵੀ ਸਖਤ ਕਾਰਵਾਈ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਬਦਲ ਕੇ ਪਟਾਕੇ ਪਾਉਣ ਵਾਲਿਆਂ ਤੇ ਪ੍ਰੈਸ਼ਰ ਹਾਰਨ ਲਵਾ ਕੇ ਆਵਾਜ਼ ਦਾ ਪ੍ਰਦੂਸ਼ਣ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਪੁਲਿਸ ਸਖਤ ਹੈ ਜੀ ਕੱਟੇ ਜਾ ਰਹੇ ਨੇ ਲਗਾਤਾਰ ਚਲਾਣ ਸੋ ਇੱਕੋ ਦਿਨ ਦੇ ਵਿੱਚ 125 ਦੇ ਕਰੇ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਜਿਨ੍ਹਾਂ ਦੇ ਬਦਲੇ ਹੋਏ ਸਨ ਦੇ ਚਲਾਨ ਕਰ ਦਿੱਤੇ ਗਏ ਹਨ ਪੰਜਾਬ ਦੇ ਵਿੱਚ ਲੱਗੇਗਾ ਰਾਸ਼ਟਰਪਤੀ ਰਾਜ ਮੇਰੇ ਕੋਲੇ ਬਹੁਤ ਕੁਝ ਇਕੱਠਾ ਹੋ ਰਿਹਾ ਮੈਂ ਰਾਸ਼ਟਰਪਤੀ ਕੋਲ ਜਾਵਾਂਗਾ ਗਵਰਨਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਸਰਕਾਰ ਵਿਚਾਲੇ ਟਕਰਾਹ ਹੋਰ ਵਧ ਗਿਆ ਜੀ ਰਾਜਪਾਲ ਨੇ ਗੰਭੀਰ ਮਾਮਲਿਆਂ ਤੇ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਜਾਣ ਦਾ ਸੰਕੇਤ ਦਿੱਤਾ ਹੈ ਪੰਜਾਬ ਦੇ ਰਾਜਪਾਲ ਪ੍ਰੋਹਿਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਹਰ ਦਸਤਾਵੇਜ਼ ਨਹੀਂ ਪੇਜ ਰਹੇ ਭਗਵੰਤ ਮਾਨ ਸੰਵਿਧਾਨ ਦੇ ਖਿਲਾਫ ਅਜਿਹਾ ਕਰ ਰਹੇ ਨੇ ਕਿਉਂਕਿ ਸਰਕਾਰ ਮੇਰੇ ਦਖਲ ਨੂੰ ਲੈ ਕੇ ਸੁਪਰੀਮ ਕੋਰਟ ਗਈ ਸੀ ਉਹਨਾਂ ਨੇ ਕਿਹਾ ਜੀ ਸੁਪਰੀਮ ਕੋਰਟ ਨੇ ਹੁਕਮਾਂ ਚ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਨੂੰ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਗਵਰਨਰ ਉੱਤੇ ਕੀਤੀਆਂ ਟਿੱਪਣੀਆਂ ਦੇ ਬਾਬਤ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਰਬਾ ਉਹਨਾਂ ਦੀ ਬਰਾਬਰੀ ਨਹੀਂ ਕਰ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਅਜਿਹਾ ਕਿਹਾ ਕਿ ਗਵਰਨਰ ਦੀ ਬਰਾਬਰੀ ਨਾ ਕਰੇ ਵਿਸ਼ੇਸ਼ ਸੈਸ਼ਨ ਦੇ ਦਿੱਤੀ ਜਾਵੇ ਮਨਜ਼ੂਰੀ ਗਵਰਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਦੇ गए ਵਿਸ਼ੇਸ਼ ਸੈਸ਼ਨ ਨੂੰ ਮਨਜ਼ੂਰੀ ਦੇਣਗੇ ਇਸ ਦੇ ਨਾਲ ਹੀ ਉਹ ਪੰਜਾਬ ਸਰਕਾਰ ਨੂੰ ਸਾਰੇ ਨੁਕਤੇ ਪੇਸ਼ ਕਰਨਗੇ ਜਿਨ੍ਹਾਂ ਤੇ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਮੈਂ ਸੁਪਰੀਮ ਕੋਰਟ ਜਾਂ ਰਾਸ਼ਟਰਪਤੀ ਦੇ ਕੋਲ ਜਾਵਾਂਗਾ ਸਰਹੱਦ ਪਾਰਕ ਜਾ ਕੇ ਕੀਤੀ ਜਾਵੇਗੀ ਸਰਜੀਕਲ ਸਟ੍ਰਾਈਕ ਐਫਆਈਆਰ ਨੇ ਖੋਲੇ ਲੁਧਿਆਣਾ ਲੁੱਟ ਦੇ ਅੰਦਰਲੇ ਰਾਜ ਲੁੱਟ ਵਾਲੇ ਮੇਜ਼ ਤੇ ਹੀ ਪਏ ਸਨ ਕਰੋੜਾ ਰੁਪਏ ਲੁਧਿਆਣਾ ਵਿੱਚ 8 ਕਰੋੜ 49 ਲੱਖ ਰੁਪਏ ਦੀ ਲੁੱਟ ਮਾਮਲੇ ਚ ਅੱਜ ਦੇ ਨਵੇਂ ਖੁਲਾਸੇ ਹੋ ਰਹੇ ਨੇ ਪੁਲਿਸ ਨੇ ਐਫਆਈਆਰ ਦੇ ਵਿੱਚ ਸਾਹਮਣੇ ਆ ਕੇ 10 ਜੂਨ ਦੀ ਰਾਤ ਨੂੰ ਤਕਰੀਬਨ 2 ਵਜੇ 8 ਤੋਂ 9 ਦੀ ਗਿਣਤੀ ਵਿੱਚ ਬੰਦੇ ਕੈਸ਼ ਵਾਲੇ ਕਮਰੇ ਚੋਂ ਦਾਖਲ ਹੋਏ ਕਮਰੇ ਚੋਂ ਦਾਖਲ ਹੁੰਦਿਆਂ ਦੋਵੇਂ ਸਿਕਿਉਰਿਟੀ ਗਾਰਡਾਂ ਨੂੰ ਕਾਬੂ ਕਰਕੇ ਉਹਨਾਂ ਦੇ ਹਥਿਆਰ ਖੋਲੇ ਮਾਰੂ ਹਥਿਆਰਾਂ ਦੇ ਨਾਲ ਲੈਸ ਸਨ ਲੁਟੇਰੇ ਸੋ ਸਿਕਿਉਰਿਟੀ ਗਾਰਡ ਦੇ ਮੂੰਹ ਚੋਂ ਕਪੜਾ ਧੁੰਦ ਦਿੱਤਾ ਉਪਰੋਂ ਚਿਪੇਪੀਆਂ ਲਾ ਦਿੱਤੀਆਂ ਇਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ 'ਚੋਂ ਲਾਲ ਮਿਰਚਾ ਪਾ ਕੇ ਸਰਵਰ ਰੂਮ 'ਚੋਂ ਬੰਦ ਕਰ ਦਿੱਤਾ ਸਰਵਰ ਰੂਮ 'ਚੋਂ ਲੱਗੇ ਕੈਮਰਾ ਦੀ ਰਿਕਾਰਡਿੰਗ ਵਾਲਾ ਡੀਵੀਆਰ ਪੋਰਟ ਕੇ ਲੈ ਕੇ ਚੁੰਬਕ ਵਾਲੇ ਤਾਲੇ ਦੀਆਂ ਤਾਰਾ ਪੁੱਟ ਕੇ ਕੈਸ਼ ਵਾਲੇ ਕਮਰੇ ਦੇ ਵਿੱਚ ਦਾਖਲ ਹੋ ਗਏ ਮੌਕੇ ਦੇ ਨਗਦੀ ਗਿਨਰੇਸ਼ਨ ਕਰਮਚਾਰੀ ਸੋ ਜਿਸ ਵੇਲੇ ਅੰਦਰ ਦਾਖਲ ਹੋਏ ਉਸ ਵੇਲੇ ਨਗਦੀ ਗਿਣ ਰਏ ਸਨ ਲੁਟੇਰੇਆਂ ਨੇ ਜ਼ਬਰਦਸਤੀ ਕਰਮਚਾਰੀਆਂ ਦੇ ਮੋਬਾਈਲ ਖੋ ਕੇ ਤੋੜ ਦਿੱਤੇ ਤੇ ਉਹਨਾਂ ਦੀ ਕੁੱਟਮਾਰ ਕੀਤੀ ਵਾਰਦਾਤ ਦੇ ਵਿੱਚ ਕਿਸੇ ਭੇਤੀ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹ ਕੰਪਨੀ ਦੇ ਦਫ਼ਤਰ ਤੋਂ ਵੀ ਪੂਰੀ ਤਰ੍ਹਾਂ ਜਾਣੂ ਸਨ ਜਿਸ ਕਾਰਨ ਉਹਨਾਂ ਨੂੰ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਤੇ ਲੱਗੇ ਹੋਏ ਸੈਂਸਰ ਦੀਆਂ ਤਾਰ ਕੱਟ ਦਿੱਤੀਆਂ ਤਾਂ ਜੋ ਘਟਨਾ ਵਾਪਰ ਜਾਣ ਤੇ ਕੋਈ అలਾਰਮ ਨਾ ਵੱਜੇ ਹਰਾਨੀ ਦੀ ਗੱਲ ਹੈ ਇੱਕ ਲਟੇਰੇ ਕੰਪਨੀ ਦੀ ਹੀ ਗੱਡੀ ਦੇ ਵਿੱਚ ਫਰਾਰ ਹੋਏ ਨੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ 30 ਸਾਲਾ ਅਮਨਜੋਤ ਸਿੰਘ ਉਰਫ ਮਣੀ ਦੀ ਦੇ ਅਜ ਮਾਨਸਾ ਪੂਜੇਗੀ ਮਿਲੀ ਜਾਣਕਾਰੀ ਅਨੁਸਾਰ ਅਮਨਜੀਤ ਅਮਨਜੋਤ ਸਿੰਘ ਉਰਫ ਮਣੀ ਨੂੰ ਸਾਬਕਾ ਮੈਂਬਰ ਟਰੱਕ ਯੂਨੀਅਨ ਮਾਨਸਾ ਦੀ ਮੌਤ ਕਨੇਡਾ ਜੋ 23 ਮਈ 2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹਨਾਂ ਨੇ ਕਿਹਾ ਕਿ ਆਪਣੇ ਪੁੱਤਰ ਨੂੰ ਸਰੀ ਵਿਖੇ ਆਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ ਸਹੁਰਾ ترਸੇਮ ਸਿੰਘ ਸਾਸ ਕਰਮਜੀਤ ਕੌਰ ਤੇ ਸਾਲੇ ਅਮਰਤਪਾਲ ਸਿੰਘ ਦੇ ਨਾਲ ਹੀ ਰਹਿ ਰਿਹਾ ਸੀ। ਕੇਂਦਰ ਨੇ ਰਾਜਾਂ ਨੂੰ 1,18,280 ਕਰੋੜ ਰੁਪਏ ਦੀ ਟੈਕਸ ਵੰਡ ਦੀ ਕਿਸ਼ਤ ਕੀਤੀ ਜਾਰੀ ਕੇਂਦਰ ਨੇ। ਰਾਜਾਂ ਉਨਾਹੜ 9140 ਕਰੋੜ ਰੁਪਏ ਦੇ ਆਮ ਆਸਿਕ ਤਵਾਦਲੇ ਦੇ ਮੁਕਾਬਲੇ ਟੈਕਸ ਟ੍ਰਾਂਸਫਰ ਦੀ ਤੀਜੀ ਕਿਸ਼ਤ ਵਜੋਂ 118280 ਕਰੋੜ ਰੁਪਏ ਜਾਰੀ ਕੀਤੇ ਨੇ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਚੁਕਿਆ ਹੈ ਕਿ ਕੇਂਦਰ ਸਰਕਾਰ ਨੇ ਰਾਜਾਂ ਨੂੰ ਜੂਨ ਵਿੱਚ ਬਕਾਇਆ ਨਿਜ਼ਮ ਕਿਸ਼ਤ 59140 ਕਰੋੜ ਰੁਪਏ ਤੋਂ ਇਲਾਵਾ ਇੱਕ ਹੋਰ ਅਗਾਊਂ ਕਿਸ਼ਤ ਵਜੋਂ ਕੁੱਲ 118280 ਕਰੋੜ ਰੁਪਏ ਜਾਰੀ ਕੀਤੇ ਨੇ ਇਹ ਰਕਮ ਰਾਜਾਂ ਨੂੰ ਉਨ੍ਹਾਂ ਦੇ ਪੂੰਜੀ ਖਰਚਿਆਂ ਵਿਕਾਸ ਅਤੇ ਭਲਾਈ ਨਾਲ ਸੰਬੰਧਿਤ ਖਰਚਿਆਂ ਦੇ ਵਿੱਚ ਤੇਜ਼ੀ ਲਿਆਉਣ ਅਤੇ ਤਰਜੀਹੀ ਪ੍ਰੋਜੈਕਟਾਂ ਲਈ ਸਰੋਤ ਮਹੱਈਆ ਕਰਵਾਉਣ ਦੇ ਲਈ ਜਾਰੀ ਕੀਤੀ ਗਈ ਹੈ। ਪੰਜਾਬ ਆਪ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੋਧਰਾਮ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਵਿਦਾਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵਿੱਚ ਪ੍ਰਿੰਸੀਪਲ ਬੋਧਰਾਮ ਨੂੰ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ 7 ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਆਪ ਨੇ ਫੇਰ ਬਦਲ ਤਹਿਤ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਤੇ ਇਸ ਤੋਂ ਇਲਾਵਾ ਹੋਰ ਕਈ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਪੀਆਂ ਨੇ ਆਪ ਸੁਪਰੀਮੋ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਚ ਲਿਖਿਆ ਨਵੇਂ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਮੀਦ ਹੈ ਕਿ ਤੰਦਹੀ ਦੇ ਨਾਲ ਪੰਜਾਬ ਦੀ ਸੇਵਾ ਕਰੋਗੇ ਸੂਬਾ ਉਮੀਦ ਪ੍ਰਦਾਨ ਦੀ ਜ਼ਿੰਮੇਵਾਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਚ ਨੂੰ ਦਿੱਤੀ ਗਈ ਹੈ ਉਧਰ ਅਮਰਤਸਰ ਤੋਂ ਖਬਰ ਆ ਰਹੀ ਜਿੱਥੇ ਅੱਧੀ ਰਾਤ ਨੂੰ ਡਰੋਨ ਜੇਲ੍ਹ ਦੇ ਵਿੱਚ ਵੜਿਆ ਸੋ ਸੀਆਰਪੀਐਫ ਤੇ ਪੁਲਿਸ ਦੇ ਵਿੱਚ ਮੱਚੀ ਹਫੜਾ ਦਫੜੀ ਸੋ ਹੜਕੰਪ ਮੱਚ ਚੁੱਕਾ ਹੈ ਉਧਰ ਕਿਸਾਨਾਂ ਨੇ ਦਿੱਲੀ ਅਮਰਤਸਰ ਹਾਈਵੇ ਕੀਤਾ ਜਾਮ ਰੂਟਾਂ ਚੁੱਕੀ ਬਦਲਾਅ ਹੋਇਆ ਕੀ ਹਨ ਕਿਸਾਨਾਂ ਦੀਆਂ ਮੰਗਾਂ ਕੁਰੂਕਸ਼ੇਤਰ ਦੇ ਪਿਪਲੀ ਚੌਂਕ ਵਿੱਚ ਕਿਸਾਨਾਂ ਨੇ ਕੌਮੀ ਸ਼ਰਾਧ ਦਿੱਲੀ ਅਮਰਤਸਰ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਇਸ ਤੋਂ ਇਲਾਵਾ ਕਿਸਾਨਾਂ ਨੇ ਪਿਪਲੀ ਚੌਂਕ ਦੇ ਵਿੱਚ ਜਾਮ ਲਾ ਦਿੱਤਾ ਦਾ ਅਸਲ ਕਿਸਾਨ 22 ਜੂਨ ਯਾਨੀ ਕਿ ਪਿਪਲੀ ਦੇ ਵਿੱਚ ਇੱਕ ਮਹਾਪੰਚਾਇਤ ਦਾ ਆਲਾਨ ਕੀਤਾ ਸੀ ਇਸੇ ਮਹਾਪੰਚਾਇਤ ਵਿੱਚ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਚੱਕਾ ਜਾਮ ਕਰਨ ਦਾ ਫੈਸਲਾ ਦਿੱਤਾ ਗਿਆ ਜੀ ਮਹਾਪੰਚਾਇਤ ਚੁਕ ਕਿਸਾਨਾ ਗੁਰਕੇਸ਼ਟ ਗੇਟ ਵੀ ਕੁਮਾਂਤਰੀ ਪੱਧਰ ਤੇ ਸ਼ਾਮਲ ਹੋਏ ਲੰਗੀ 8 ਜੂਨ ਨੂੰ ਸੂਰਜਮੁਖੀ ਦੀ ਫਸਲ ਐਮ ਐਸ ਪੀ ਦੇ ਖਰੀਦਦਾਰਾਂ ਨੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਸੂਰਜਮੁਖੀ ਦੀ ਖਰੀਦ 6400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇ ਇਸ ਧਰਨੇ ਨੂੰ ਖਤਮ ਕਰਨ ਲਈ ਪੁਲਿਸ ਨੇ लाठी चार्ज ਕੀਤਾ ਪ੍ਰਦਰਸ਼ਨ ਕਰਨ ਲੁਧਿਆਣਾ ਤੇ ਪੰਜਾਬ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਸਮੇਤ ਹੋਰ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਇਹਨਾਂ ਆਗੂਆਂ ਨੂੰ ਛੱਡਣ ਲਈ 48 ਘੰਟੇ ਦਾ ਸਮਾਂ ਦਿੱਤਾ ਜਿਹਾ ਨਾਂ ਕਰਨ ਦੀ ਸੂਰਤ ਵਿੱਚ ਮਹਾਪੰਚਾਇਤ ਦਾ ਐਲਾਨ ਕੀਤਾ ਤੇ ਰੂਟਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਅਗਲੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਸਰਕਾਰ ਦੀ ਗੁਹਾਰ ਅਗੇ ਨਰਮ ਪਿਆਸੀ ਭਾਈਚਾਰਾ ਪੰਜਾਬ ਬੰਦ ਦਾ ਕੱਲ ਦਾ ਫਿਰ ਸੱਦਾ ਲੈ ਲਿਆ ਗਿਆ ਵਾਪਸ ਸੋ ਰਿਜ਼ਰਵ ਰੇਸ਼ਨ ਚੋਰ ਫੜੋ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਜੀ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਮੰਗਾ ਮੰਨਣ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪਾਈਚਾਰੇ ਦੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਮਗਰੋਂ ਫੈਸਲਾ ਲਿਆ ਕਿ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਜਾਵੇ ਕਾਬਲੇਗੌਰ ਇੱਕ ਮਹਾਲੀਚੂ ਇਸ ਮਾਮਲੇ ਨੂੰ ਲੈ ਕੇ ਜੋ ਪੱਕਾ ਮੋਰਚਾ ਲੱਗਾ ਸੀ ਉਸਦੇ ਸੀਨੀਅਰ ਆਗੂ ਹਰਨੇਕ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਸਾਡੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਹੈ ਤੇ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਦਿੱਲੀ ਕਟੜਾ ਐਕਸਪ੍ਰੈਸ ਵੇ ਮਾਮਲੇ 'ਚ ਹਾਈ ਕੋਰਟ ਵੱਲੋਂ NHAI ਨੂੰ ਨੋਟਿਸ ਜਾਰੀ ਪੁੱਛਿਆ ਕਿਉਂ ਨਾ ਲਾ ਦਿੱਤੀ ਜਾਵੇ ਰੋਕ ਦਿੱਲੀ ਕਟੜਾ ਐਕਸਪ੍ਰੈਸ ਲਈ ਜ਼ਮੀਨ ਐਕਵਾਇਰ ਕਰਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਆ ਹਰਿਆਣਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ 'ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿਉਂ ਨਾ ਇਸ ਪ੍ਰੋਜੈਕਟ ਤੇ ਰੋਕ ਲਾ ਦਿੱਤੀ ਜਾਵੇ ਦਿੱਲੀ ਕਟਨਾ ਐਕਸਪ੍ਰੈਸ ਵੇਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲ ਅਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਨੂੰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਪਾਈ ਜਾ ਰਹੀ ਅਰਚਨ ਦੇ ਕਾਰਨ ਹੁਣ ਇਸ ਵਿਕਾਰੀ ਪ੍ਰੋਜੈਕਟ ਤੇ ਖਦਰੇ ਦੇ ਬਦਲ ਮੰਡਰਾਉਣ ਲੱਗ ਪਏ ਨੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਕਾਰਨ NHAI ਵੱਲੋਂ ਇਸ ਪ੍ਰੋਜੈਕਟ ਨੂੰ ਵਾਪਸ ਲੈਣ ਤੇ ਵਿਚਾਰ ਕੀਤਾ ਜਾ ਰਿਹਾ ਪ੍ਰੋਜੈਕਟ ਰੱਦ ਹੁੰਦਾ ਤਾਂ ਕਿਸਾਨਾਂ ਦੇ ਨੂੰ ਜ਼ਮੀਨਾਂ ਦੀ ਰਾਸ਼ੀ ਮੁਆਵਜ਼ਾ ਲੈ ਲਈ ਉਹਨਾਂ ਨੂੰ ਹਿਰਾਸ਼ੀ ਐਨ ਐਚ ਐਨ ਨੂੰ ਵਾਪਸ ਕਰਨੇ ਪਵੇਗੇ ਇਸ ਦੀ ਪੁਸ਼ਟੀ ਡੀ ਸੀ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕੀਤੀ ਹੈ। ਵਿਦੇਸ਼ਾਂ ਤੋਂ ਮੰਗਵਾਏ ਕੋਲੇ ਨਾਲ 30 ਸਤੰਬਰ ਤੱਕ ਪੂਰੀ ਸਮਰੱਥਾ ਨਾਲ ਚੱਲਣਗੇ ਥਰਮਲ ਪਲਾਂਟ ਬਿਜਲੀ ਮੰਤਰਾਲੇ ਨੇ ਗਰਮੀਆਂ ਦੇ ਮੌਸਮ ਚ ਬਿਜਲੀ ਦੀ ਵਾਧ ਦੀ ਮੰਗ ਨੂੰ ਵੇਖਦਿਆਂ ਆਯਾਤ ਕੀਤੇ ਕੋਲੇ ਦਾ ਪ੍ਰਯੋਗ ਕਰਨ ਵਾਲੇ ਸਾਰੇ ਥਰਮਲ ਪਲਾਂਟਾਂ ਨੂੰ 30 ਸਤੰਬਰ ਤੱਕ ਪੂਰੀ ਸਮਰੱਥਾ ਨਾਲ ਕੰਮ ਕਰਨ ਦੇ ਹੁਕਮ ਦੇ ਦਿੱਤੇ ਨੇ ਜਲੀ ਮੰਤralੇ ਨੇ ਇਸ ਬਾਬਤ ਸੋਮਵਾਰ ਨੂੰ ਥਰਮਲ ਬਿਜਲੀ ਉਤਪਾਦਨ ਪਲਾਂਟਾਂ ਨੂੰ ਨੋਟਿਸ ਭੇਜਿਆ ਇਸ ਤੋਂ ਪਹਿਲਾਂ ਬਿਜਲੀ ਮੰਤralੇ ਨੇ ਇਨ੍ਹਾਂ ਬਿਜਲੀ ਪਲਾਂਟਾਂ ਨੂੰ ਹੁਕਮ ਦਿੱਤਾ ਸੀ ਕਿ 16 ਮਾਰਚ ਤੋਂ 15 ਜੂਨ ਤੱਕ ਪੂਰੀ ਸਮਰੱਥਾ ਨਾਲ ਕੰਮ ਕਰਨਾ ਹੋਵੇਗਾ ਦੇਸ਼ ਅੰਦਰ ਬਿਜਲੀ ਦੀ ਉਪਲਬਧਤਾ ਯਕੀਨੀ ਕਰਨ ਲਈ ਬਿਜਲੀ ਐਕਟ 2003 ਦੀ ਧਾਰਾ 11 ਤਹਿਤ ਹੁਕਮ ਜਾਰੀ ਕੀਤੇ ਗਏ ਹਨ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਲਬਰੀਤ ਸਿੰਘ ਨੂੰ ਡਿਪੋਰਟ ਕਰਨ ਤੇ ਲੱਗੀ ਰੋਕ ਸੋ ਵੱਡੀ ਖਬਰ ਕੈਨੇਡਾ ਤੋਂ ਆਈ ਹੈ ਜਿੱਥੇ ਪੰਜਾਬੀ ਵਿਦਿਆਰਥੀ ਲਬਰੀਤ ਸਿੰਘ ਦੀ ਵਤਨ ਵਾਪਸੀ ਤੇ ਕੈਨੇਡਾ ਸਰਕਾਰ ਨੇ ਰੋਕ ਲਾ ਦਿੱਤੀ ਇਸ ਸਬੰਧ ਤਾ ਆਪਣਾ ਪ੍ਰतिकਰਮ ਦਿੰਦਿਆਂ ਪ੍ਰਵਾਸੀ ਮਾਮਲੇ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਮੋਗਾ ਦੇ ਮੋਗਾ ਦੇ ਵਿੱਚ ਲੁਟੇਰਿਆਂ ਵੱਲੋਂ ਕੀਤੀ ਫਾਇਰਿੰਗ ਨਾਲ ਸੁਨਿਆਰੇ ਦੀ ਦੁਕਾਨ ਦੇ ਮਾਲਕ ਦੀ ਮੌਤ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਵਾਰਦਾਤ ਮੋਗਾ ਵਿਸ਼ੇਸ਼ੀਆ ਜੁਵੇਲਰ ਦੇ ਪਰ ਵਿੱਚ ਪੰਜ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਕੋਸ਼ਿਸ਼ ਨਾਲ ਸ਼ੋਰੂਮ ਦੇ ਮਾਲਕ ਉੱਤੇ ਫਾਇਰਿੰਗ ਕੀਤੀ ਗਈ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਸ਼ੋਰੂਮ ਮਾਲਕ ਦੀ ਮੌਤ ਹੋ ਗਈ ਕreturnData ਨਾਲ ਜੁੜੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਸੋਨੇਾਰੇ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼ ਲੁਟੇਰਿਆਂ ਨੇ ਮਾਲਕ ਉੱਤੇ ਫਾਇਰਿੰਗ ਕਰ ਦਿੱਤੀ ਅਜ ਲੁਟੇਰੇ ਸ਼ੋਰੂਮ ਦੇ ਮਾਲਕ ਉੱਤੇ ਫਾਇਰਿੰਗ ਕਰ ਦਿੱਤੀ ਸ਼ੋਰੂਮ ਮਾਲਕ ਗੰਭੀਰ ਜ਼ਖਮੀ ਹੋ ਗਿਆ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਸ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਤੇ ਵਾਰਦਤ ਨਾਲ ਜੁੜੀ ਹੋਈ ਇੱਕ ਸੀਸੀਟੀਵੀ ਫੁਟੇਜ ਵੀ ਰਿਕਾਰਡ ਹੋਈ ਆ ਪੰਜ ਵਿਅਕਤੀ ਦੁਕਾਨ ਦੇ ਵਿੱਚ ਦਾਖਲ ਹੋਏ ਤਿੰਨ ਵਿਅਕਤੀਆਂ ਨੇ ਸੋਨੇ ਤੇ ਗਹਿਣੇ ਦੇਖਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਲੁਟੇਰਿਆਂ ਨੇ ਸ਼ੋਰੂਮ ਮਾਲਕ ਹੂਤੇ ਗੋਲੀ ਚਲਾ ਦਿੱਤੀ ਤੇ ਸ਼ੋਰੂਮ ਦਾ ਮਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਤੇ ਜਿਸ ਦੀ ਗੰਭੀਰ ਹਾਲਤ ਵਿੱਚ ਮੌਤ ਹੋ ਗਈ ਕੜਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਜਾਂਚ ਸ਼ੁਰੂ ਕਰ ਦਿੱਤੀ ਐ एसएसपी ਮੋਗਾ ਨੇ ਦੱਸਿਆ ਕਿ ਉਹ ਲੁੱਟ ਦੀ ਨੀਅਤ ਨਾਲ ਆਏ ਸਨ ਤੇ ਪਹਿਲਾਂ ਸਮਾਨ ਦੇਖਣ ਬੈਠ ਗਏ ਤੇ ਫਿਰ ਗੋਲੀਆਂ ਚਲਾ ਗਏ ਭਾਰਤ 'ਚੋਂ 10 ਕਰੋੜ ਤੋਂ ਜ਼ਿਆਦਾ ਨੇ ਸ਼ੂਗਰ ਦੇ ਮਰੀਜ਼ ਇਹ ਸੂਬੇ ਦਾ ਨਾਂ ਸਭ ਤੋਂ ਉੱਪਰ ਭਾਰਤ ਵਿੱਚ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ ਹਨ ਇਸ ਗੱਲ ਕਿਸੇ ਨੂੰ ਵੀ ਪਰੇਸ਼ਾਨ ਕਰ ਸਕਦੀ ਪਰ ਇਹ ਸੱਚ ਹੈ ਬ੍ਰਿਟਿਸ਼ ਮੈਡੀਕਲ ਜਨਰਲ ਲੈਂਡਸੈਂਟ ਦੇ ਪ੍ਰਕਾਸ਼ਨ ਨੀਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਮੁਤਾਬਕ ਭਾਰਤ ਦੇ ਕੁਝ ਰਾਜਾਂ ਵਿੱਚ ਸ਼ੂਗਰ ਦੇ ਅਜਿਹੇ ਮਾਮਲੇ ਨੇ ਜੋ ਲੰਬੇ ਸਮੇਂ ਤੋਂ ਸਥਿਰ ਹਨ ਅਜਿਹੇ ਮਾਮਲੇ ਜੋ ਨਾ ਵਧ ਰਹੇ ਨੇ ਤੇ ਨਾ ਘਟ ਰਹੇ ਇਸ ਨਾਲ ਕੁਝ ਰਾਜਾਂ ਦੇ ਵਿੱਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਖੋਜ ਦੇ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਰਾਜਾਂ 'ਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਉਹਨਾਂ ਵਿੱਚ ਬਿਮਾਰੀ ਨੂੰ ਰੋਕਣ ਲਈ ਬਿਨਾਂ ਸਮਾਂ ਗਵਾਏ ਕਦਮ ਚੁੱਕਣੇ ਪੈਣਗੇ ਤਾਂ ਜੋ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕੇ ਇਸ ਖੋਜ ਵਿੱਚ ਰਾਜਾਂ ਵਿੱਚ ਸ਼ੂਗਰ ਦੇ ਅੰਕੜੇ ਦੱਸੇ ਗਏ ਹਨ ਦੇਸ਼ ਦੇ 53 15.3 ਫੀਸਦੀ ਜਾਂ ਲਗਭਗ 13.6 ਕਰੋੜ ਆਬਾਦੀ ਦੀ ਪ੍ਰੀ ਡਾਇਬੀਟਿਸ ਆ ਜਿਸ ਦੇ ਨਾਲ ਦੇਸ਼ ਦੀ ਕੁੱਲ ਆਬਾਦੀ ਦਾ 11. 64 ਫੀਸਦੀ ਹਿੱਸਾ ਸ਼ੂਗਰ ਰੋਗੀ ਆ ਜਾਨੀ ਜਿਨ੍ਹਾਂ ਨੂੰ ਹੁਣ ਸ਼ੂਗਰ ਨਹੀਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਸ਼ਿਕਾਰ ਹੋਣਗੇ ਦੇਸ਼ ਦਾ ਸਭ ਤੋਂ ਖੂਬਸੂਰਤ ਰਾਜਾਂ ਵਿੱਚੋਂ ਕੋ ਗੋਆ ਜਿੰਨਾ ਖੁਸ਼ਹਾਲ ਹੈ ਖੂਸ ਦੇ ਵਿੱਚ ਪਾਇਆ ਗਿਆ ਕਿ ਇੱਥੇ ਸ਼ੂਗਰ ਦੇ ਮਰੀਜ਼ ਸਭ ਤੋਂ ਵੱਧ ਹਨ ਖੋਜ ਦੇ ਵਿੱਚ ਗੱਲ ਸਾਹਮਣੇ ਆਈ ਕਿ 60% ਦੀ ਲੋਕ ਇਸ ਸਮੇਂ ਪ੍ਰੀ ਡਾਇਬੀਟੀਜ਼ ਤੋਂ ਪੀੜਤ ਹਨ ਅਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਸ਼ੂਗਰ ਦਾ ਸ਼ਿਕਾਰ ਹੋਣਗੇ ਸਕੂਲ ਬੱਚਿਆਂ ਨੂੰ ਮੁਫਤ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਛੱਡ ਸਕਦਾ ਹਾਈ ਕੋਰਟ ਦਿੱਲੀ ਹਾਈ ਕੋਰਟ ਨੇ ਕਿਹਾ ਕਿ 6ਵੀਂ ਤੋਂ 14ਵੀਂ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਦੀ ਲਾਜ਼ਮੀ ਸਿੱਖਿਆ ਪ੍ਰਦਾਨ ਕਰਨਾ ਸੰਵਿਧਾਨ ਦਿੱਤਾ ਹੈ ਤੇ ਇੱਕ ਬੁਨਿਆਦੀ ਅਧਿਕਾਰ ਹੈ ਤੇ ਸਕੂਲ ਇਸ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ 加ਡ ਸਕਦਾ আদালত ਨੇ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਸਮਾਜ ਦੇ ਪਛੜੇ ਵਰਗ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਨੇ ਜੇਹੀ ਸਥਿਤੀ ਵਿੱਚ ਆਰਥਿਕ ਤੌਰ ਦੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਸਮਾਜ ਦੀ ਮੁੱਖ ਤਾਰਾ ਵਿੱਚ ਲਿਆਉਣ ਦੇ ਲਈ ਹੋਰ ਨਾ ਬੱਚਿਆਂ ਵਾਂਗ ਸਿੱਖਿਆ ਦਾ ਮੌਕਾ ਦੇਣਾ ਚਾਹੀਦਾ ਜੇਕਰ ਕਮਜ਼ੋਰ ਸ਼੍ਰੇਣੀ ਅਧੀਨ ਗੈਰਵਾਜਬ ادارਾਂ ਤੇ ਦਾਖਲੇ ਤੋਂ ਇਨਕਾਰ ਕੀਤਾ ਜਾਂਦਾ ਤਾਂ ਇਸ ਸ਼੍ਰੇਣੀ ਦੇ ਅਧੀਨ ਨਿਧਾਰਤ ਸਥਿਤੀ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਧਿਹਾ ਕਰਨ ਨਾਲ ਨਾ ਤਾਂ ਸਿਰਫ ਗਰੀਬ ਦਾ ਬੱਚਾ ਮਿਆਰੀ ਸਿੱਖਿਆ ਤੋਂ ਵਾਂਝਾ ਹੋਵੇਗਾ ਸਗੋਂ ਸਿੱਖਿਆ ਦੇ ਅਧਿਕਾਰ ਅਤੇ ਸੰਵਿਧਾਨ ਦੀ ਧਾਰਾ ਦੀ ਵੀ ਉਲੰਘਣਾ ਹੋਵੇਗੀ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਇੱਕ ਹੋਰ ਵਾਤਾ ਸਰਕਾਰ ਨੇ ਵੈਟ ਦਰ ਵਾ ਦਿੱਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਤੇ ਟੋਲ ਪਲਾਜ਼ਾ ਤੇ ਲਾਇਆ ਤਰਨਾਵਾਣਾ ਦੀਆਂ ਲੰਗੀਆਂ ਲੰਬੀਆਂ ਕਤਾਰਾਂ ਫਾਜ਼ਲਕਾ ਦੇ ਪਿੰਡ ਸਲੇਮਾਹਾ ਵਿੱਚ ਤੜਕਸਰ ਪੁਲਿਸ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 10 ਦਿਨਾਂ ਤੋਂ ਚੱਲ ਰਹੇ ਛਤਰਨੇ ਨੂੰ ਚੁੱਕਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਫਿਰੋਜ਼ਪੁਰ ਫਾਜ਼ਲਕਾ ਟੋਲ ਪਲਾਜ਼ਾ ਜਾਮ ਕਰ ਦਿੱਤਾ ਹਾਈਵੇ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਕਿਸਾਨਾਂ ਵੱਲੋਂ ਕੀਤੇ ਇਸ ਜਾਮ ਨੂੰ ਖਲਵਾਉਣ ਦੇ ਲਈ ਭਾਰੀ ਪੁਲਿਸ ਬਲ ਤਾਇਨਾਤ ਕਰਨੀ ਪਈ ਖਬਰ ਲਿਖੇ ਜਾਣ ਤੱਕ ਕਿਸਾਨਾਂ ਨੇ ਜਾਮ ਖੋਲਣ ਤੋਂ ਇਨਕਾਰ ਕੀਤਾ ਹੋਇਆ ਸੀ ਦਰਅਸਲ ਸਲੇਮਾ ਸ਼ਾ ਵਿੱਚ ਪੰਚਾਇਤੀ ਜ਼ਮੀਨ ਦੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੀਤੇ 10 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਜਿਸ ਨੂੰ ਸੋਮਵਾਰ ਨੂੰ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਛੁਕਾ ਦਿੱਤਾ ਗਿਆ ਤੇ ਤਕਰੀਬਨ 30 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਬ੍ਰਿਟਿਸ਼ ਰੈਪਰ ਸਟੀਫਲ ਡਾਉਣ ਮਾਦਾ ਪਿਤਾ ਨਾਲ ਕੀਤੀ ਮੁਲਾਕਾਤ ਸੁੱਭ ਬਰਤ ਅਸ਼ੀਆ ਟੀਵੀ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਇਸ ਵੀਡੀਓ ਚ ਬ੍ਰਿਟਿਸ਼ ਰੈਪਰ ਪੰਜਾਬੀ ਲਿਬਾਸ ਤੋਂ ਨਜ਼ਰ ਆ ਰਿਹਾ ਜੀ ਸਟੀਫਲਨ ਡਾਉਣ ਨੇ ਸਿੱਧੂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਨਾਲ ਬਹੁਤ ਵਧੀਆ ਸਮਾਂ ਬਤਾਇਆ ਇੱਕ ਸ਼ਾਨਦਾਰ ਵਿਅਕਤੀ ਸੀ ਉਹ ਆਪਣੇ ਲੋਕਾਂ ਲਈ ਖੜੇ ਰਹਿੰਦੇ ਸੀ ਤੇ ਇਹੀ ਵਜ੍ਹਾ ਹੈ ਕਿ ਮੈਂ ਸਭ ਤੋਂ ਵੱਧ ਪਸੰਦ ਕਰਦੀ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੇਗਾ ਸ਼੍ਰੀਲੰਕਾ ਜੋ ਫਸੇੜਾਨੀ ਗਰੁੱਪ ਦੇ ਕਈ ਪ੍ਰੋਜੈਕਟ ਕਈ ਕਾਨੂੰਨੀ ਰੁਕਾਵਟਾਂ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਅਡਾਨੀ ਗਰੁੱਪ ਸ਼੍ਰੀਲੰਕਾ ਵਿੱਚ ਆਪਣਾ ਕਾਰੋਬਾਰ ਵਧਾ ਰਿਹਾ ਸੀ ਸਾਲ 2021 ਦੇ ਵਿੱਚ ਸਮੂਹ ਨੇ ਬੰਦਰਗਾਹ ਤੇ ਹੋਰ ਨਵਿਆਣ ਜੋਗ ਊਰਜਾ ਖੇਤਰ ਵਿੱਚ ਆਪਣਾ ਹੱਥ ਅਜਮਾਇਆ ਪਰ ਸੀਲੋਨ ਇਲੈਕਟ੍ਰਿਸਿਟੀ ਬੋਰਡ ਨੇ ਇਸ ਦੇ ਵਿੱਚ ਰੁਕਾਵਟਾਂ ਹਨ ਸ਼੍ਰੀਲੰਕਾ ਸਰਕਾਰ ਨੇ ਨਿਵੇਸ਼ਕ ਕਾਨੂੰਨਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਪਹਿਲ ਕਰ ਰਹੀ ਹੈ ਜਿਸ ਨਾਲ ਲੜਾਨੀ ਸਮੂਹ ਇੰਤਜ਼ਾਰ ਕਰਨਾ ਪੈ ਰਿਹਾ ਹੈ ਸੋ ਗੁਰੂ ਕਾਸ਼ੀ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਜਿਸ ਨੇ ਪਹਿਲੇ ਚੱਕਰ ਵਿੱਚ ਨੈਕ A++ ਪ੍ਰਾਪਤ ਕੀਤਾ ਪੰਜਾਬ ਦੀਆਂ ਤਿੰਨ ਮਾਨਤਾਵਾਂ ਵਾਲੀ ਇੱਕ ਪਾਇਨਰ ਯੂਨੀਵਰਸਿਟੀ ਹੈ ਸੋ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਮੁਲਾਂਕਣ ਅਤੇ ਮਾਨਤਾ ਨੇ ਪਹਿਲੇ ਚੱਕਰ ਵਿੱਚ 4 ਵਿੱਚੋਂ 3.57 ਦੇ A C GEAP ਗ੍ਰੇਡ A++ ਹਾਸਲ ਕਰ ਲਿਆ ਹੈ ਮਾਰੂਤੀ ਆਲਟੋ K10 ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ ਬਣ ਗਈ ਦੇਸ਼ ਦੀ ਸਭ ਤੋਂ ਸਸਤੀ ਕਾਰ ਸੋ ਕੁਫਾਇਤੀ ਕਾਰ ਆਲਟੋ K10 ਤੇ 60000 ਰੁਪਏ ਦੀ ਸ਼ਾਨਦਾਰ ਛੋਟ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ ਸੋ ਇਹ ਵੱਡੀ ਖਬਰ ਆ ਦੋਸਤੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਪੀਐਮ ਕਿਸਾਨ